சுந்தர். மீரோ சுந்தர் கஹோ மில கஹோ மில கித்து கலி மீரோ சுந்தர் கஹோ மில கஹோ மில கித்து கலி ਹਰ ਕੇ ਸੰਤ ਬਤਾਵੋ ਮਾਰਗ ਹਰ ਕੇ ਸੰਤ ਬਤਾਵੋ ਹਮ ਪੀਛੇ ਲਾਗ ਚਲੀ ਹਮ ਪੀਛੇ ਲਾਗ ਚਲੀ ਮੇਰੋ ਸੁੰਦਰ
प्रिय के बचन सुखाने ही अरे प्रिय के बचन सुखाने चाल बनी है पली एह चाल बनी है पली एह चाल बनी है पली हर के संत बताओ मारग हम पीछे लाग चली हम पीछे लाग चली हम लाग चली मेरो सुंदर कहो मिले कहो मिले कित गली ਰਿਸਾ ਸੰਗਤ ਜੀ ਰਾਗ ਦੇਵ ਗੰਧਾਰੀ ਇਸ ਸ਼ਬਦ ਦਾ ਰਾਗ ਹੈ ਮਹਿਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਦਾ ਇਹ ਸ਼ਬਦ ਹੈ ਘਰ ਪਹਿਲਾ ਰਾਗ ਦੇ ਤਾਲ ਦੀ ਪਿੱਚ ਜਿਸ ਘਰ ਵਿੱਚ ਇਸ ਨੂੰ ਗਾਇਨ ਕੀਤਾ ਜਾਂਦਾ ਉਹ ਘਰ ਪਹਿਲਾ ਹੈ ਗੁਰੂ ਗ੍ਰੰਥ ਸਾਹਿਬ ਦੇ 527 ਨੰਬਰ ਪੰਨੇ 'ਤੇ ਸ਼ਬਦ ਅੰਕਿਤ ਹੈ ਇਸ ਸ਼ਬਦ ਦੇ ਆਖੀਰ ਵਿੱਚ ਲਿਖਿਆ ਹੋਇਆ ਦੋ 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 ਵਾਰੀ ਦੋ ਦੋ ਅੱਖਰ ਲਿਖਿਆ ਹੋਇਆ ਇਸ ਦਾ ਮਤਲਬ ਹੈ ਇਸ ਸ਼ਬਦ ਵਿੱਚ ਦੋ ਪਦੇ ਹਨ ਦੂਜਾ ਦੋਸ਼ ਉਹ ਕਰਦਾ ਹੈ ਕਿ ਦੇਵਗੰਧਾਰੀ ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਇਹ ਦੂਜਾ ਸ਼ਬਦ ਹੈ ਜਦੋਂ ਵੀ ਅਸੀਂ ਬਾਣੀ ਖੋਜਦੇ ਹਾਂ ਅਸੀਂ ਪਹਿਲਾਂ ਦਾ ਸਿਰਲੇਖ ਸਮਝਦੇ ਹਾਂ ਸਾਨੂੰ ਸਮਝਣਾ ਚਾਹੀਦਾ ਹੈ ਪਰ ਜਦੋਂ ਅਸੀਂ ਸਿਰਲੇਖ ਨੂੰ ਪੜ੍ਹਦੇ ਹਾਂ ਅਤੇ ਗਿਣਤੀਆਂ ਨੂੰ ਪੜ੍ਹਦੇ ਹਾਂ ਤਾਂ ਗੁਰੂ ਅਰਜਨ ਪਾਤਸ਼ਾਹ 'ਤੇ ਕੁਰਬਾਨ ਹੋਣ 'ਤੇ ਦਿਲ ਕਰਦਾ ਕਿ ਉਹਨਾਂ ਨੇ ਬਾਣੀ ਨੂੰ ਕਿਸ ਢੰਗ ਦੇ ਨਾਲ ਖੋਜ ਕੇ ਕਿਤਨੇ ਤਰੀਕੇ ਦੇ ਨਾਲ ਲੋਕਅਪ ਸਿਸਟਮ ਕਰਕੇ ਤਾਂ ਕਿ ਇਹਦੇ ਵਿੱਚ ਕੋਈ ਮਿਲਾਵਟ ਨਾ ਕਰ ਸਕੇ ਸਾਨੂੰ ਬੜੇ ਢੰਗ ਵਰਤੇ ਨੇ ਸਾਰੀ ਦੁਨੀਆ ਨੂੰ ਗ੍ਰੰਥ ਐਸੇ ਢੰਗ ਨਾਲ ਤਿਆਰ ਕਰਕੇ ਪੇਸ਼ ਕੀਤਾ ਜੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੀਮਤੀ ਜੋਤ ਢੰਗ ਜੋਤ ਉਹਾ ਜੁਗਤ
ਟੈਕਨੀਕ ਨੂੰ ਵਰਤ ਕੇ ਗੁਰੂ ਅਰਜਨ ਪਾਤਸ਼ਾਹ ਨੇ ਗ੍ਰੰਥ ਸਾਨੂੰ ਤਿਆਰ ਕਰਕੇ ਦਿੱਤਾ। ਅਸੀਂ ਇਹ ਵੀ ਦੇਖਦੇ ਹਾਂ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਨਵਾਂ ਰਾਗ ਸ਼ੁਰੂ ਹੁੰਦਾ ਤਾਂ ਹਮੇਸ਼ਾ ਨਵੇਂ ਸਫ਼ੇ 'ਤੇ ਸ਼ੁਰੂ ਹੁੰਦਾ ਅਤੇ ਉਹਦੇ ਹਾਸ਼ੀਏ ਦਾ ਕਲਰ ਬਦਲ ਜਾਂਦਾ, ਜਿਹੜੀ ਬਾਉਂਡਰੀ ਦਾ ਕਲਰ ਹੈ ਨਾ ਉਹ ਚੇਂਜ ਹੋ ਜਾਂਦਾ। ਦੈਟ ਸ਼ੋਜ਼ ਟੂ ਦਾ ਨਿਊ ਪਰਸਨ, ਜਿਹੜਾ ਨਵਾਂ ਬੰਦਾ ਬਾਣੀ ਪੜ੍ਹਨ ਵਾਲਾ, ਉਹ ਹੈਰਾਨ ਰਹਿ ਜਾਂਦਾ ਵੀ ਰਾਗ ਬਦਲ ਗਿਆ। ਰਾਗ ਬਦਲ ਗਿਆ ਮੀਨਸ ਟੌਪਿਕ ਵੀ ਬਦਲ ਗਿਆ, ਸਬਜੈਕਟ ਵੀ ਬਦਲ ਗਿਆ। ਇਸ ਕਰਕੇ ਅਸੀਂ ਕਈ ਵਾਰੀ ਸਾਂਝ ਕਰਦੇ ਹਾਂ ਵੀ ਕਦੇ ਕਿਸੇ ਟੌਪਿਕ ਦਾ, ਕਦੇ ਕਿਸੇ ਟੌਪਿਕ ਦਾ, ਕਦੇ ਨੌਰਥ ਦਾ, ਕਦੇ ਸਾਊਥ ਦਾ, ਅਲੱਗ ਅਲੱਗ ਟੌਪਿਕ ਦੇ ਸ਼ਬਦ ਇਕੱਠੇ ਇੱਕੋ ਵਾਰੀ ਗਾਇਨ ਜੇਕਰ ਨਾ ਕਰੀਏ ਤਾਂ ਬੈਟਰ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਸ ਬਿਉਂਤ ਨਾਲ ਤਿਆਰ ਕੀਤਾ ਗਿਆ ਸਾਨੂੰ ਇੱਕੋ ਸਬਜੈਕਟ ਦਾ ਸ਼ਬਦ ਗਾਇਨ ਕਰਨਾ ਚਾਹੀਦਾ। ਜੇ ਅਸੀਂ 5-6 ਸ਼ਬਦ ਵੀ ਗਾਇਨ ਕਰਨੇ ਤਾਂ ਉਸੇ ਸਬਜੈਕਟ ਦੇ ਹੋਣੇ ਚਾਹੀਦੇ ਨੇ। ਖੈਰ ਅਸੀਂ ਵੇਖ ਕੇ ਇਹ ਵੀ ਹੈਰਾਨ ਰਹਿ ਜਾਂਦੇ ਹਾਂ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹਾਸ਼ੀਆ ਬਦਲ ਗਿਆ, ਰਾਗ ਬਦਲ ਗਿਆ, ਅਤੇ ਨਵੇਂ ਟੌਪਿਕ ਨਵੇਂ ਰਾਗ ਉੱਤੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੋਏਗਾ। ਪਰ ਮੈਂ ਇਹ ਵੀ ਵੇਖ ਕੇ ਹੈਰਾਨ ਰਹਿ ਗਿਆ ਕਿ ਜਦੋਂ ਇਹਦਾ ਟੋਟਲ ਲਿਖਿਆ ਹੋਇਆ 2, ਅਤੇ ਮੈਂ ਪਿੱਛੇ ਜਾ ਕੇ ਵੇਖਿਆ ਅਤੇ ਇਸ ਤੋਂ ਪਹਿਲਾ ਸ਼ਬਦ ਵੀ ਗੁਰੂ ਰਾਮਦਾਸ ਪਾਤਸ਼ਾਹ ਦਾ, ਤਾਂ ਉਸ ਤੋਂ ਪਿੱਛੇ ਪਤਾ ਲੱਗਾ ਕਿ ਪਿਛਲਾ ਜਿਹੜਾ ਰਾਗ ਹੈ ਉਹ ਦੇਵਗੰਧਾਰੀ ਨਹੀਂ ਹੈ। ਦੈਟ ਮੀਨਸ ਪਿਛਲਾ ਰਾਗ ਜਦੋਂ ਮੁੱਕਿਆ, ਨਵਾਂ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਰੂ ਹੋਇਆ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਦੇਵਗੰਧਾਰੀ ਵਿੱਚ ਸ਼ਬਦ ਹੈ ਹੀ ਨਹੀਂ। ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਰ ਅੱਗੇ ਪਿੱਛੇ ਫੋਲ ਕੇ ਦੇਖਿਆ ਤਾਂ ਪਤਾ ਲੱਗਾ ਕਿ ਦੇਵਗੰਧਾਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਨਹੀਂ ਹੈ। ਸਭ ਤੋਂ ਪਹਿਲੇ ਸ਼ਬਦ ਦੇਵਗੰਧਾਰੀ ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੇ ਲਿਖੇ ਗਏ ਹਨ ਅਤੇ ਉਸ ਤੋਂ ਬਾਅਦ ਗੁਰੂ ਅਰਜਨ ਪਾਤਸ਼ਾਹ ਦੇ ਮਹਿਲੇ 5ਵੇਂ ਦੇ ਅਤੇ ਉਸ ਤੋਂ ਬਾਅਦ ਮਹਿਲੇ 9ਵੇਂ ਦੇ, ਜਿਵੇਂ ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਦੇਵਗੰਧਾਰੀ ਰਾਗ ਦੇ ਸ਼ਬਦ ਨੇ। ਗੁਰੂ ਨਾਨਕ ਪਾਤਸ਼ਾਹ ਦਾ ਦੇਵਗੰਧਾਰੀ ਵਿੱਚ ਸ਼ਬਦ ਹੈ ਹੀ ਨਹੀਂ। ਇਹ ਵੀ ਇੱਕ ਨਵੀਂ ਗੱਲ ਪਤਾ ਲੱਗੀ। ਪਰ ਸਾਨੂੰ ਇਹ ਪਤਾ ਲੱਗਦਾ ਜਿਸ ਰਾਗ ਦੇ ਜਿਸ ਤਾਲ ਦੀ ਪਿੱਚ ਹੋਏਗੀ, ਫਰਜ਼ ਕਰੋ ਜੇਕਰ ਘਰ ਦੂਜਾ ਦਾ ਸ਼ਬਦ ਸ਼ੁਰੂ ਹੋ ਜਾਵੇ, ਫਰਜ਼ ਕਰੋ ਬਣਤਰ ਵਿੱਚ, ਤਾਂ ਟੋਟਲ ਵਿੱਚ 2 ਤੋਂ ਬਾਅਦ 1 ਵੀ ਲਿਖਿਆ ਹੋਏਗਾ ਕਿ ਵੀ ਟੋਟਲ 'ਤੇ 2 ਸ਼ਬਦ ਆਏ ਨੇ। ਦੇਵਗੰਧਾਰੀ ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੇ 2 ਸ਼ਬਦ ਆਏ ਨੇ ਪਰ ਘਰ ਦੂਜਾ ਦਾ ਪਹਿਲਾ ਸ਼ਬਦ ਹੈ। ਇਸ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਨੇ ਬਹੁਤ ਹੀ ਮਿਹਨਤ ਕਰਕੇ ਇੱਕ ਲੋਕਅਪ ਸਿਸਟਮ ਗੁਰੂ ਗ੍ਰੰਥ ਸਾਹਿਬ ਦਾ ਤਿਆਰ ਕੀਤਾ, ਵਿੱਚ ਵੀ ਕੌਲ ਬੜੇ ਮਾਣ ਦੇ ਨਾਲ ਕਿ ਸਾਰੀ ਸਿੱਖ ਜਗਤ ਕੋਲ ਅਤੇ ਸਾਰੀ ਦੁਨੀਆ ਕੋਲ ਇਹ ਉਸ ਸ਼ਖਸੀਅਤ ਦਾ, ਉਸ ਗੁਰੂ ਪਾਤਸ਼ਾਹ ਦਾ ਫਸਟ ਹੈਂਡ ਡਾਕੂਮੈਂਟ ਹੈ। ਇਤਿਹਾਸ ਫਿਰ ਵੀ ਸ਼ਾਇਦ ਕਿਸੇ ਨੇ ਲਿਖਿਆ ਹੈ, ਪਰ ਗੁਰੂ ਗ੍ਰੰਥ ਸਾਹਿਬ ਗੁਰੂ ਪਾਤਸ਼ਾਹ ਨੇ ਆਪ ਲਿਖਿਆ, ਜਿਹੜਾ ਕਿ ਸਾਡੇ ਕੋਲ ਪਿਓਰੈਸਟ ਫੋਰਮ ਵਿੱਚ ਅੱਜ ਤੱਕ ਹੈ ਅਤੇ ਸਦੀਆਂ ਤੱਕ ਰਹੇਗਾ। ਇਹਦੇ ਵਿੱਚ ਕੋਈ ਮਿਲਾਵਟ ਕਰ ਨਹੀਂ ਸਕਦਾ, ਜਿਹੜਾ ਮਿਲਾਵਟ ਕਰੇਗਾ ਉਸਨੂੰ ਰਹਾਓ ਹਟਾਉਣਾ ਪਏਗਾ, ਉਸਨੂੰ ਸਿਰਲੇਖ ਛੇੜਨਾ ਪੈ ਜਾਏਗਾ, ਉਸਨੂੰ ਗਿਣਤੀਆਂ ਦੀ ਗੜਬੜ ਕਰਨੀ ਪੈ ਜਾਏਗੀ, ਕਰ ਨਹੀਂ ਸਕਦਾ ਕੋਈ। ਕਿਉਂ? ਕਿਉਂਕਿ ਗੁਰੂ ਪਾਤਸ਼ਾਹ ਨੇ ਬਾਣੀ, ਗ੍ਰੈਮਰ ਅਤੇ ਉਸਦੀ ਬਣਤਰ, ਅੱਜ ਦਾ ਨੌਜਵਾਨ ਜਦੋਂ ਇਸ ਢੰਗ ਨਾਲ ਪੜ੍ਹਦਾ ਉਸਨੂੰ ਮਾਣ ਆ ਜਾਂਦਾ, ਕਮਾਲ ਹੈ, ਦੁਨੀਆ ਦਾ ਕੋਈ ਮਨੁੱਖ ਅੱਜ ਜ਼ਿੰਦਾ ਤਾਂ ਨਹੀਂ ਹੈ ਪਰ ਕਿਸੇ ਵੀ ਧਰਮ ਦੇ ਲੋਕਾਂ ਕੋਲ ਆਪਣੀ ਫਿਲੋਸਫੀ ਉਹਦੇ ਵੱਲੋਂ ਲਿਖੀ ਗਈ ਕਿ ਨਹੀਂ ਲਿਖੀ ਗਈ। ਅਤੇ ਮੈਂ ਪੜ੍ਹ ਕੇ ਹੈਰਾਨ ਸਾਂ ਕਿ ਮਹਾਤਮਾ ਬੁੱਧ ਦੀ ਫਿਲੋਸਫੀ ਲਿਖੀ ਨਹੀਂ ਗਈ ਮਹਾਤਮਾ ਬੁੱਧ ਵੱਲੋਂ। ਬਾਅਦ ਵਿੱਚ ਜਦੋਂ ਉਹਨਾਂ ਦੇ ਜਿਹੜੇ ਮੌਂਕ ਸੀ, ਜਿਹੜੇ ਉਹਨਾਂ ਦੇ ਚੇਲੇ ਸਨ, ਜਿਹੜੇ ਸ਼ਰਾਵਕ ਸ਼ੁੱਧ ਸਨ, ਜਦੋਂ ਅਸੀਂ ਸੋਈਆ ਪੜ੍ਹਦੇ ਹਾਂ, ਉਹ ਜਿਹੜੇ ਗਰੁੱਪ ਸੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਮਹਾਤਮਾ ਬੁੱਧ ਕਿਆ ਕਹਿਤੇ ਥੇ, ਲਿਖ ਦਿਓ, ਤਾਂ ਉਹਨਾਂ ਨੇ ਧੰਮਪਦ ਲਿਖਿਆ। ਕ੍ਰਿਸਚਨ ਲੋਕ ਪੁੱਛਦੇ ਸੀ ਵਟ ਜੀਜ਼ਸ ਯੂਜ਼ ਟੂ ਸੇ, ਤਾਂ ਉਹਨਾਂ ਨੇ ਜੋ ਕੁਛ ਲਿਖਿਆ ਉਹ ਬਾਈਬਲ ਹੈ।
ਜਿਸ ਨੂੰ ਕਹਿੰਦੇ ਨੇ ਵਰਡ ਆਫ ਗੋਡ। ਪਰ ਅਸੀਂ ਕਿਸੇ ਨੂੰ ਨੀਵਾਂ ਨਹੀਂ ਪਾਉਣਾ, ਸਾਡੀ ਕੋਈ ਇੰਟੈਂਸ਼ਨ ਨਹੀਂ ਆ ਕਿ ਦੂਜਿਆਂ ਨੂੰ ਨੀਵਾਂ ਪਾ ਕੇ ਆਪ ਉੱਚੀ ਹੋਈ ਹੈ। ਪਰ ਵਿਚਾਰਨ ਵਾਲੀ ਇਹ ਗੱਲ ਹੈ ਕਿ ਸਾਰੀ ਮਨੁੱਖ ਜ਼ਾਤ ਵਾਸਤੇ, ਆਲ ਹਿਊਮਨ ਬੀਂਗਸ ਵਾਸਤੇ, ਇਸ ਗੱਲ ਦੇ ਨਾਲ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਕਿ ਜਿਸ ਨੇ ਲਿਖਿਆ ਉਸਦੀ ਹਸਤ ਲਿਖਤ ਐਸੇ ਢੰਗ ਦੇ ਨਾਲ ਕੰਪਾਈਲ ਕੀਤੀ ਗਈ ਜਿਹੜੀ ਸਾਡੇ ਕੋਲ ਹੈ। ਇਸ ਕਰਕੇ ਸਾਨੂੰ ਉਸ ਵੱਧ ਤੋਂ ਵੱਧ ਮੈਸੇਜਿਸ ਗੁਰੂ ਗ੍ਰੰਥ ਸਾਹਿਬ ਤੋਂ ਲੈਣੇ ਚਾਹੀਦੇ ਨੇ। ਫਿਲੋਸਫੀ ਜੇ ਸਮਝਣੀ ਹੈ, ਦਰਸ਼ਨ ਸ਼ਾਸਤਰ ਜੇ ਸਮਝਣਾ, ਇਨਸਾਨੀਅਤ ਸਮਝਣੀ ਹੈ, ਰੱਬ ਨਾਲ ਮਿਲਾਪ ਸਮਝਣਾ, ਰੱਬ ਜੀ ਕੌਣ ਨੇ, ਕਿੱਥੇ ਰਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਤੋਂ ਪੁੱਛਣਾ ਚਾਹੀਦਾ। ਕਿਉਂ? ਕਿਉਂਕਿ ਬਾਕੀ ਸਾਰੀ ਦੁਨੀਆ ਸਮਝਦੀ ਹੈ ਰੱਬ ਜੀ ਸੱਤਵੇਂ ਅਸਮਾਨ 'ਤੇ ਕਈ ਰਹਿੰਦੇ ਹਨ, ਉੱਪਰ ਰਹਿੰਦੇ ਨੇ। ਕਦੀ ਵੀ ਫਿਲਮਾਂ ਵਿੱਚ ਵੀ ਔਰ ਵੈਸੇ ਵੀ ਲੋਕ ਕਹਿਣਗੇ ਉਹ ਉੱਪਰ ਵਾਲੇ, ਲੋਕ ਉੱਪਰ ਸਮਝਦੇ ਨੇ ਰੱਬ ਨੂੰ, ਦੁਨੀਆ। ਪਰ ਮੇਰਾ ਗੁਰੂ ਕਹਿੰਦਾ ਸਿੱਧਕ ਕਰ ਸਿੱਜਦਾ ਮਨ ਕਰ ਮਕਸੂਦ, ਜੈ ਧਿਰ ਦੇਖਾਂ ਤੈ ਧਿਰ ਮੌਜੂਦ। ਮੇਰਾ ਰੱਬ ਸਭ ਜੁਗ ਹੈ, ਇੱਥੇ ਹੈ, ਅੱਜ ਹੈ, ਹੁਣੇ ਹੈ, ਇਸ ਧਰਤੀ 'ਤੇ ਹਮੇਸ਼ਾ ਰਹੇਗਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਹੋਸੀ ਭੀ ਸੱਚ, ਇੱਥੇ ਹੈ। ਮਰਨ ਤੋਂ ਬਾਅਦ ਸੱਤਵੇਂ ਅਸਮਾਨ 'ਤੇ ਜਾ ਕੇ ਨਹੀਂ ਮਿਲਣਾ ਉਹਨੂੰ, ਜੀਂਦੇ ਜੀ ਜੀਵਨ ਮੁਕਤ ਉਸਨੂੰ ਮਿਲਣਾ ਹੈ। ਕਿਵੇਂ ਮਿਲੀਏ ਸਵਾਲ ਪੈਦਾ ਹੋ ਜਾਂਦਾ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਣਾ ਪਏਗਾ, ਗੁਰੂ ਗ੍ਰੰਥ ਸਾਹਿਬ ਜੀ ਦੱਸੋ ਜੇ ਰੱਬ ਨੂੰ ਜੀਂਦੇ ਜੀ ਮਿਲਣਾ ਹੈ ਕਿਹੜੇ ਚੌਂਕ 'ਤੇ ਮਿਲੇਗਾ? ਕਿਤੇ ਤੀਰਥ ਬੈਠਾ ਨਾ ਸੁਣੀਏ, ਕਿੱਥੇ ਤੀਰਥ 'ਤੇ ਖਾਸ ਬੈਠਾ ਨਹੀਂ ਉਹ ਮਿਲਦਾ, ਕਿਹੜੀ ਜਗ੍ਹਾ ਮਿਲਦਾ? ਕਿ ਉਹ ਸਿਰਫ ਗੁਰਦੁਆਰੇ 'ਚ ਮਿਲਦਾ, ਕਿ ਉਹ ਸਿਰਫ ਮੰਦਿਰ 'ਚ ਮਿਲਦਾ, ਕਿ ਉਹ ਸਿਰਫ ਮਸਜਿਦ 'ਚ ਮਿਲਦਾ? ਨਹੀਂ, ਗੁਰਬਾਣੀ ਕਹਿੰਦੀ ਆ ਬਾਹਰ ਭੀਤਰ ਏਕੋ ਜਾਨੋ ਏ ਗੁਰ ਗਿਆਨ ਬਤਾਈ। ਰੱਬ ਜੀ ਤਾਂ ਸਭ ਜਗ੍ਹਾ ਰਹਿੰਦੇ ਨੇ, ਸਭ ਜਗ੍ਹਾ ਰੱਬ ਜੀ ਹੀ ਹਨ। ਮਨੁੱਖ ਤੂੰ ਮਰ ਜਾਏਗਾ ਪਰ ਰੱਬ ਜੀ ਹਮੇਸ਼ਾ ਰਹਿੰਦੇ ਨੇ, ਇੱਥੇ ਅੱਜ ਹੁਣੇ ਇਸ ਧਰਤੀ 'ਤੇ, ਸ੍ਰਿਸ਼ਟੀ 'ਤੇ, ਓਮਨੀ ਪ੍ਰੈਜੈਂਟ, ਹਾਜ਼ਰ ਨਾਜ਼ਰ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਰੱਬ ਜੀ ਸਭ ਜਗ੍ਹਾ ਹਨ, ਰੱਬ ਜੀ ਨੂੰ ਇਗਨੋਰ ਕੀਤਾ ਨਹੀਂ ਜਾ ਸਕਦਾ। ਫੋਰ ਐਗਜ਼ਾਮਪਲ, ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਵਾਂ? ਮੱਛੀ ਜੇ ਸਾਗਰ ਦੇ ਅੰਦਰ ਹੋਵੇ, ਸਾਗਰ ਚਾਰੋਂ ਪਾਸੇ ਜਿਤਨਾ ਪਾਣੀ ਹੈ ਰੱਬ ਜੀ ਨੇ, ਮੱਛੀ ਕਹਿ ਹੀ ਨਹੀਂ ਸਕਦੀ ਕਿ ਰੱਬ ਜੀ ਸਾਗਰ ਦੇ ਅੰਦਰ ਕਿਸੇ ਕੋਰਨਰ 'ਤੇ ਕਿੱਥੇ ਰਹਿੰਦੇ ਹਨ। ਇਹ ਸਾਰੀ ਦੁਨੀਆ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੀ ਥੋਟ ਹੈ। ਕਾਸ਼ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ ਨਾ। ਹੁਣ ਜਦੋਂ ਗੁਰੂ ਸਾਹਿਬ ਸ਼ਬਦ ਵਰਤਦੇ ਨੇ ਕੋਈ ਜਨ ਹਾਰਸਿਓ ਦੇਵੈ ਜ਼ੋਰ, ਤਾਂ ਸਾਨੂੰ ਭੁਲੇਖਾ ਰਹਿੰਦਾ ਕੋਈ ਮਿਡਲ ਮੈਨ ਚਾਹੀਦਾ ਹੈ। ਗੁਰਬਾਣੀ ਕੁੰਡੀ ਖੁੱਲਦੀ ਹੈ ਸਾਡੀ ਕਿ ਉਹ ਕੋਈ ਜਨ ਕੌਣ ਹੁੰਦਾ, ਉਹ ਸਹਾਰ ਕੇ ਸੰਤ ਬਤਾਓ ਮਾਰਗ, ਉਹ ਸੰਤ ਕੌਣ ਹੁੰਦਾ, ਗੁਰਬਾਣੀ ਸਮਝਾਏਗੀ। ਗੁਰਬਾਣੀ ਨੂੰ ਪੁੱਛਣਾ ਪਏਗਾ ਨਾ। ਲੋਕ ਤਿਉਹਾਰ ਕੇ ਸੰਤ, ਕੋਈ ਰੱਬ ਜੀ ਦਾ ਬਖਸ਼ੀ ਹੋਈ ਖਾਸ ਰੂਹ, ਕੋਈ ਬ੍ਰਹਮ ਗਿਆਨੀ ਜੀ ਲੋਕ ਸਮਝ ਲੈਂਦੇ ਨੇ, ਪਰ ਗੁਰਬਾਣੀ ਦੱਸੇਗੀ ਉਹ ਕੌਣ ਹੈ? ਗੁਰਬਾਣੀ ਸਾਨੂੰ ਰੱਬ ਜੀ ਦਾ ਐਡਰੈਸ ਸਮਝਾਉਂਦੀ ਹੈ। ਗੁਰੂ ਸਾਹਿਬ ਰੱਬ ਜੀ ਕਿੱਥੇ ਰਹਿੰਦੇ ਨੇ? ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਰੱਬ ਤੈਨੂੰ ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਨਾ ਜਾਂਦਾ, ਉਹ ਮਨ 'ਚ ਰਹਿੰਦਾ। ਕਿਵੇਂ? ਗੁਰੂ ਸਾਹਿਬ ਦੱਸੋ, ਕਹਿੰਦੇ ਨੇ ਅਗੰਮ ਰੂਪ ਕਾ ਅਗੰਮ, ਜਿਸ ਕੋ ਦੇਖਾ ਨਹੀਂ ਜਾ ਸਕਦਾ ਇਹਨਾਂ ਅੱਖੋਂ ਸੇ। ਅਗੰਮ, ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ, ਅਗੰਮ ਜੋ ਇਹਨਾਂ ਆਂਖੋਂ ਸੇ, ਬਾਇਓਲੋਜੀਕਲ ਆਂਖੋਂ ਸੇ ਨਾ ਦੇਖਾ ਜਾ ਸਕਦਾ ਉਹ ਰੱਬ ਜੀ ਕਿੱਥੇ ਰਹਿੰਦੇ ਨੇ? ਕਹਿੰਦੇ ਅਗੰਮ ਰੂਪ ਕਾ ਮਨ ਮੈਂ ਥਾਨਾ, ਤੇਰੇ ਹੀੜ ਦੇ ਮੈਂ ਰਹਿੰਦੇ ਹਾਂ। ਸਾਰੀ ਦੁਨੀਆ ਨੂੰ ਐਡਰੈਸ ਦੱਸ ਦਿੱਤਾ। ਹੁਣ ਜਦੋਂ ਤੈਨੂੰ ਐਡਰੈਸ ਪਤਾ ਲੱਗ ਗਿਆ ਤੇਰੇ ਹੀੜ ਦੇ 'ਚ ਰਹਿੰਦੇ ਨੇ, ਤੂੰ ਤੀਰਥ 'ਤੇ ਲੱਭਣ ਨਹੀਂ ਜਾ ਸਕਦਾ, ਕਿਉਂਕਿ ਗੁਰੂ ਪਕੜ ਲਏਗਾ, ਕਹੇਗਾ ਕਾਹੇ ਰੇ ਬਨ ਖੋਜਨ ਜਾਏ। ਸਰਬ ਨਿਵਾਸੀ ਸਦਾ ਲੇਪਾ ਤੂੰ ਹੀ ਸੰਗ ਸਮਾਈ,
ਜੇ ਤੂੰ ਕਿਧਰੇ ਬਾਹਰ ਲੱਭਣ ਜਾਏਗਾ, ਗੁਰੂ ਸਾਹਿਬ ਕਹਿਣਗੇ ਮਨ ਰੇ ਥਿਰ ਰਹੋ, ਮਤ ਕਤ ਜਾਈ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਤੇਰੇ ਹਿਰਦੇ ਘਰ ਵਿੱਚ ਰਹਿੰਦੇ ਨੇ ਰੱਬ ਜੀ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਘਰ ਹੀ ਲੱਭ ਲੈਣਾ, ਫਰੀਦਾ ਜੰਗਲ ਜੰਗਲ ਕਿਆ ਭਾਵੇਂ ਵਣਕੰਡਾ ਮੋੜੈ, ਵਸੀ ਰੱਬ ਹਾਲੀ ਹੈ ਹਿਰਦੇ ਮੇਂ ਰਹਿਤੇ ਹੈ, ਭਗਵਾਨ ਜੀ ਰੱਬ ਜੀ ਖੁਦਾ ਰੱਬ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ ਬਾਹਰ ਕੀ ਲੱਭਣਾ। ਦੇਖੋ ਐਡਰੈਸ ਦੱਸ ਦਿੱਤਾ, ਪਰ ਮਨੁੱਖ ਸੋਚਦਾ, ਆਮ ਮਨੁੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਜੇ ਵਿਚਾਰਦਾ ਨਹੀਂ, ਜਾਂ ਜਿਸ ਮਨੁੱਖ ਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੀ ਨਹੀਂ, ਭਾਵ ਜਿਹੜੀ ਉਹਨੇ ਗੁਰੂ ਨਾਨਕ ਦੇ ਨਾਲ ਐਕਵੈਂਟੈਂਸ ਨਹੀਂ ਹੋਈ, ਉਹਨੇ ਗੁਰੂ ਨਾਨਕ ਸਾਹਿਬ ਨਾਲ ਛੇਕ ਐਂਡ ਨਹੀਂ ਹੋਈ ਨਾ ਜਿਸ ਮਨੁੱਖ ਦੀ, ਭਾਵੇਂ ਉਹ ਕਿਸੇ ਵੀ ਮਜ਼ਹਬ ਦਾ, ਉਹ ਸਮਝਦਾ ਸ਼ਾਇਦ ਕਿਸੇ ਚੌਂਕ 'ਤੇ ਕਿਸੇ ਜਗ੍ਹਾ ਕਿਸੇ ਖਾਸ ਆਕ੍ਰਿਤੀ ਵਾਲਾ ਰੂਪ ਵਾਲਾ ਕੋਈ ਰੱਬ ਜੀ ਹੁੰਦਾ, ਅਚਾਨਕ ਕਿਸੇ ਕਿਸੇ ਨੂੰ ਸੁਪਨੇ ਵਿੱਚ ਦਰਸ਼ਨ ਦਿੰਦਾ, ਜਾਂ ਅਚਾਨਕ ਇੱਥੇ ਮਿਲ ਜਾਂਦਾ, 72 ਵਾਰੀ ਕਿਧਰੇ ਕਿਸੇ ਨੂੰ ਨਾਮਦੇਵ ਜੀ ਨੂੰ ਮਿਲ ਜਾਂਦਾ, ਫਿਰ ਰੱਬ ਜੀ ਗਾਇਬ ਹੋ ਜਾਂਦੇ ਨੇ। ਰੱਬ ਜੀ ਤਾਂ ਗਾਇਬ ਹੋ ਹੀ ਨਹੀਂ ਸਕਦੇ ਨੇ, ਮਨੁੱਖ ਰੱਬ ਜੀ ਨੂੰ ਗਾਇਬ ਆਪਣੀ ਜ਼ਿੰਦਗੀ 'ਚੋਂ ਕਰਨਾ ਚਾਹੁੰਦਾ, ਦੈਟ ਇਜ਼ ਡਿਫਰੈਂਟ ਇਸ਼ੂ, ਰੱਬ ਜੀ ਗਾਇਬ ਹੋ ਨਹੀਂ ਸਕਦੇ। ਜਦੋਂ ਬੱਚਾ ਗਲਤੀ ਕਰਨਾ ਚਾਹੁੰਦਾ ਮੰਮੀ ਕੋਲੋਂ ਛੁੱਪ ਕੇ ਕਰਦਾ, ਜਦੋਂ ਵੀ ਅਸੀਂ ਗਲਤ ਕੰਮ ਕਰਨਾ ਚਾਹਵਾਂਗੇ ਸੋਚਦੇ ਹਾਂ ਕੋਈ ਨਹੀਂ ਦੇਖ ਰਿਹਾ, ਰੱਬ ਜੀ ਮੌਜੂਦ ਹਨ। ਪਹਿਲੇ ਜ਼ਮਾਨੇ ਵਿੱਚ ਨਿੱਕੇ ਨਿੱਕੇ ਬੱਚਿਆਂ ਨੂੰ ਸਿਖਾਇਆ ਜਾਂਦਾ ਸੀ, ਜਾਓ ਕਲਾਸ ਸੇ ਘਰ ਜਾਓ, ਇਹ ਕਬੂਤਰ ਕੋ ਵਹਾਂ ਪਰ ਮਾਰ ਕੇ ਲਾਣਾ ਜਹਾਂ ਪਰ ਭਗਵਾਨ ਨਾ ਹੋ, ਜਹਾਂ ਪਰ ਕੋਈ ਦੇਖ ਨਾ ਰਹਾ ਹੋ, ਬੱਚੇ ਨੂੰ ਸਮਝਾਉਣ ਵਾਸਤੇ ਕਹਿੰਦੇ ਸੀ, ਉੱਥੇ ਮਾਰ ਕੇ ਲਿਆਓ ਜਿੱਥੇ ਕੋਈ ਵੇਖ ਨਾ ਰਿਹਾ ਹੋਵੇ। ਤਾਂ ਇੱਕ ਬੱਚਾ ਕਹਿੰਦਾ ਸੀ ਮੈਂ ਕਮਰੇ ਵਿੱਚ ਮਾਰਿਆ, ਕੋਈ ਕਹਿੰਦਾ ਝੁੱਗੀ 'ਚ ਮਾਰਿਆ, ਕੋਈ ਕਹਿੰਦਾ ਮੈਂ ਨਲ ਵਿੱਚ ਮਾਰਿਆ, ਕੋਈ ਕਹਿੰਦਾ ਮੈਂ ਛੱਤ ਉੱਪਰ ਜਾ ਕੇ ਮਾਰਿਆ, ਪਰ ਅਲਟੀਮੇਟਲੀ ਜਿਹੜਾ ਬੱਚਾ ਆ ਕੇ ਕਹਿੰਦਾ ਸੀ ਸਰ ਮੈਂ ਨਹੀਂ ਮਾਰ ਸਕਿਆ, ਕਿਉਂ? ਕਹਿੰਦਾ ਮੈਂ ਜਿੱਥੇ ਜਾਂਦਾ ਸੀ ਮੈਨੂੰ ਐਂ ਲੱਗਦਾ ਸੀ ਰੱਬ ਜੀ ਵੇਖ ਰਹੇ ਨੇ। ਉਹਨੇ ਕਿਹਾ ਤੇਰੇ ਕੋ ਕੈਸੇ ਲੱਗਿਆ ਰੱਬ ਜੀ ਵੇਖ ਰਹੇ ਆ? ਕਹਿੰਦਾ ਮੇਰੇ ਕੋ ਘਰ ਵਾਲੇ ਮੰਮੀ ਪਾਪਾ ਨੇ ਬਤਾਇਆ ਕਿ ਰੱਬ ਜੀ ਤੇਰੇ ਅੰਦਰ ਹੈ, ਅਤੇ ਕਹਿੰਦਾ ਮੈਂ ਸੋਚਿਆ ਓਏ ਮੈਂ ਤਾਂ ਦੇਖ ਰਹਾ ਹੂੰਗਾ, ਮੈਂ ਤਾਂ ਇਹਨਾਂ ਅੱਖਾਂ ਨਾਲ ਵੇਖ ਰਿਹਾ ਨਾ, ਮੇਰੇ ਅੰਦਰ ਰੱਬ ਜੀ ਨੇ, ਤਾਂ ਰੱਬ ਜੀ ਵੇਖ ਰਹੇ ਨੇ। ਗੁਰੂ ਸਾਹਿਬ ਮਨੁੱਖ ਨੂੰ ਰੱਬ ਦੀ ਓਮਨੀ ਪ੍ਰੈਜੈਂਸ ਹਾਜ਼ਰ ਨਾਜ਼ਰ ਤਾਂ ਸਿਖਾਉਣਾ ਚਾਹੁੰਦੇ ਨੇ, ਇਸ ਕਰਕੇ ਰੱਬ ਦਾ ਐਡਰੈਸ ਦੱਸਦੇ ਨੇ ਤੇਰੇ ਅੰਦਰ ਨੇ। ਯੂ ਕੈਨ ਮੇਕ ਐਨੀ ਪਰਸਨ ਫੂਲ, ਕਿਸੇ ਬੰਦੇ ਨੂੰ ਵੀ ਬਣਾ ਸਕਦਾ ਹੈ ਇਹ ਇਨਸਾਨ, ਬਟ ਯੂ ਕੈਨੋਟ ਮੇਕ ਫੂਲ ਟੂ ਦੈਟ ਪਰਟੀਕੁਲਰ ਪਰਸਨ ਹੂ ਇਜ਼ ਸਟੈਂਡਿੰਗ ਬਿਹਾਈਂਡ ਮਿਰਰ। ਜਿਹੜਾ ਸ਼ੀਸ਼ੇ ਦੇ ਸਾਹਮਣੇ ਖੜ੍ਹਾ ਹੈ ਨਾ, ਇਸ ਨੂੰ ਮੂਰਖ ਨਹੀਂ ਬਣਾ ਸਕਦਾ, ਰੱਬ ਜੀ ਤੇਰੇ ਅੰਦਰ ਜੋ ਰਹਿੰਦੇ ਨੇ। ਜਦੋਂ ਵੀ ਕੋਈ ਬੱਚਾ, ਜਦੋਂ ਵੀ ਕੋਈ ਇਨਸਾਨ ਆਪਣੇ ਮਾਤਾ ਪਿਤਾ ਨੂੰ ਜਾਂ ਕਿਸੇ ਨੂੰ ਵੀ ਮੂਰਖ ਬਣਾਉਂਦਾ ਹੈ, ਉਹ ਦਰਅਸਲ ਮੂਰਖ ਬਣਾ ਨਹੀਂ ਪਾਉਂਦਾ, ਉਹ ਦਰਅਸਲ ਐਸਕੇਪ ਕਰਦਾ, ਪਰ ਮੂਰਖ ਆਪਣੇ ਆਪ ਨੂੰ ਬਣਾਉਂਦਾ, ਆਪਣਾ ਜੀਵਨ ਖੁਆਰ ਕਰਦਾ, ਆਪਣੇ ਕਰੈਕਟਰ ਤੋਂ ਡਿੱਗਦਾ ਹੈ। ਰੱਬ ਜੀ ਤੋਂ ਤਾਂ ਐਬਸੈਂਟ ਹੋ ਨਹੀਂ ਸਕਦੇ ਹਾਂ, ਪਰ ਗੁਰੂ ਸਾਹਿਬ ਹੁਣ ਤੁਸੀਂ ਦੱਸੋ ਜੇ ਰੱਬ ਜੀ ਦੇ ਦਰਸ਼ਨ ਹੋ ਗਏ ਕੀ ਮਤਲਬ ਹੋਇਆ? ਅਸੀਂ ਪਿੱਛੇ ਹਜ਼ੂਰ ਸਾਹਿਬ ਕੀਰਤਨ ਕਰ ਰਹੇ ਸਾਂ ਅਤੇ ਅਚਾਨਕ ਗਾਉਂਦਿਆਂ ਗਾਉਂਦਿਆਂ ਇੱਕ ਸ਼ਬਦ ਧਿਆਨ ਆਇਆ, ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ, ਦਰਸ਼ ਦਰਸ਼ਨ, ਮੈਨੂੰ ਆਪਣਾ ਫਲਸਫਾ ਦਿਓ, ਆਪਣੀ ਫਿਲੋਸਫੀ ਸਮਝਾਓ, ਜਿਹਦੇ ਨਾਲ ਮੈਨੂੰ ਇੱਥੋਂ ਰਿਲਾਈਜ਼ ਹੋ ਜਾਏ ਕਿ ਰੱਬ ਜੀ ਮੇਰੇ ਮਨ ਅੰਦਰ ਰਹਿੰਦੇ ਨੇ। ਪਰ ਗੁਰੂ ਸਾਹਿਬ, ਦੁਨੀਆ ਨੇ ਤਾਂ ਉਹਦੀ ਆਕ੍ਰਿਤੀ ਬਣਾਈ ਹੋਈ ਆ, ਫੋਟੋ ਬਣਾਈ ਹੋਈ ਆ, ਕੁਛ ਨਾ ਕੁਛ ਉਹਦਾ ਚਿੰਨ੍ਹ ਚੱਕਰ ਚਿੰਨ੍ਹ ਬਣਾਇਆ ਹੋਇਆ, ਤੁਸੀਂ ਤਾਂ ਸਾਨੂੰ ਸਿਖਾਉਂਦੇ ਹੋ,
ਸੁਖਮਨੀ ਸਾਹਿਬ ਵਿੱਚ ਰੋਜ਼ ਪੜ੍ਹਦੇ ਹਾਂ, ਰੂਪ ਨਾ ਰੇਖ ਨਾ ਰੰਗ ਕਿਛ, ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੁਪ੍ਰਸੰਨ। ਰੱਬ ਜੀ ਦਾ ਰੂਪ ਰੰਗ ਰੇਖ ਪੇਖ ਚੱਕਰ ਚੀਹਨ ਆਕ੍ਰਿਤੀ ਕੋਈ ਨਹੀਂ ਹੁੰਦੀ, ਚੱਕਰ ਚੀਹਨ ਅਰ ਬਰਨ ਜ਼ਾਤ ਅਰ ਪਾਤ ਨਹੀਂ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਰੱਬ ਜੀ ਦਾ ਕੋਈ ਚੱਕਰ ਚੀਹਨ ਨਹੀਂ ਹੈ। ਜੇ ਕੋਈ ਕਹੇ ਮੈਨੂੰ ਰੱਬ ਜੀ ਇਸ ਰੂਪ ਵਿੱਚ ਨਜ਼ਰ ਆਏ, ਇਹਦਾ ਮਤਲਬ ਬਾਕੀ ਰੂਪਾਂ ਵਿੱਚ ਰੱਬ ਜੀ ਐਬਸੈਂਟ ਕਰ ਦਿੱਤੇ। ਸੋ ਇਹ ਗੁਰਬਾਣੀ ਦਾ ਇੱਕ ਬੇਸਿਕ ਫੰਡਾਮੈਂਟਲ ਹੈ, ਪਤਾ ਲੱਗਾ ਕਿ ਫਿਰ ਇਸ ਟੋਪਿਕ ਨੂੰ ਜੇ ਬਾਣੀ ਦੀ ਬਣਤਰ ਨੂੰ ਖੋਜ ਕੇ ਪੜ੍ਹਦੇ ਹਾਂ, ਬਾਣੀ ਦੇ ਸ਼ਬਦ ਦਾ ਰਹਾਓ ਪੜ੍ਹਦੇ ਹਾਂ, ਸਿਰਲੇਖ ਪੜ੍ਹਦੇ ਹਾਂ, ਤਾਂ ਸਾਨੂੰ ਬੜੇ ਬੜੇ ਗੁੱਝੇ ਭੇਤ ਮਿਲਦੇ ਨੇ। ਇਸ ਕਰਕੇ ਪਹਿਲੀ ਗੱਲ ਤਾਂ ਸਾਨੂੰ ਇਹ ਭੁਲੇਖਾ ਨਹੀਂ ਖਾਣਾ ਕਿ ਅਸੀਂ ਬਾਣੀ ਦਾ ਰਟਨ ਨਹੀਂ ਕਰਨਾ। ਕਈਆਂ ਨੂੰ ਰਟਨ ਲਫਜ਼ ਵੀ ਮਹਿਸੂਸ ਹੋ ਜਾਂਦਾ, ਪਰ ਬਚਪਨ ਵਿੱਚ ਬੱਚਾ ਰਟਨ ਹੀ ਤਾਂ ਕਰਦਾ, ਦੋ ਦੂਣਾ ਚਾਰ, ਚਾਰ ਦੂਣਾ ਅੱਠ ਰਟਨ ਕਰਦਾ। ਇਸ ਤਰ੍ਹਾਂ ਹੀ ਬਚਪਨ ਵਿੱਚ ਅਸੀਂ ਬੱਚੇ ਸੀ, ਸਾਡੇ ਮਾਤਾ ਪਿਤਾ ਕਹਿੰਦੇ ਅੱਛਾ ਬੇਟਾ ਸੁਣਾਓ ਤਾਤੀ ਵਾ ਉਹਨਾਂ ਲਾ ਗਈ, ਅੱਛਾ ਸੁਣਾਓ ਸੋਇਲਾ ਰਾਗੌੜੀ ਦੀਪਕੀ ਮੈਲਾ, ਅੱਛਾ ਸੋਦਰ ਸੁਣਾਓ, ਅੱਛਾ ਜਪਜੀ ਸੁਣਾਓ। ਅਸੀਂ ਰਟਨ ਕਰਕੇ ਹੀ ਤਾਂ ਸੁਣਾਉਂਦੇ ਸਾਂ, ਪਰ ਉਹ ਯਾਦ ਹੋ ਗਿਆ। ਇਸ ਤਰ੍ਹਾਂ ਯਾਦ ਹੋ ਜਾਂਦੀ ਹੈ ਬਾਣੀ, ਪਰ ਉਸ ਤੋਂ ਅੱਗੇ ਵਧਣਾ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਤੱਕ ਅਸੀਂ ਆਪਣੀ ਮਿਹਨਤ ਕਰਨੀ ਹੈ। ਗੁਰ ਸ਼ਬਦ ਵਿਚਾਰ, ਜੇ ਸੇਵਾ ਵੀ ਕਰਨੀ ਹੈ ਤਾਂ ਗੁਰ ਕੀ ਸੇਵਾ ਸ਼ਬਦ ਵਿਚਾਰ। ਤੂੰ ਸੇਵਾ ਕਰਨਾ ਚਾਹੁੰਦਾ ਨਾ, ਗੁਰੂ ਦੀ ਸ਼ਬਦ ਦੀ ਵਿਚਾਰ ਤੱਕ ਆਪਣੇ ਆਪ ਨੂੰ ਮਿਹਨਤ ਕਰ, ਰਾਈਜ਼ ਕਰ, ਆਪਣੇ ਆਪ ਨੂੰ ਬਰੋਟਅਪ ਕਰ, ਇਤਨਾ ਟਾਈਮ ਕੱਢਿਆ ਕਰ। ਅਸੀਂ ਨਿਤਨੇਮ ਕਿਉਂ ਕਰਦੇ ਹਾਂ? ਅਸੀਂ ਨਿਤਨੇਮ ਇਸ ਕਰਕੇ ਕਰਦੇ ਹਾਂ ਵੀ ਇਤਨਾ ਤਾਂ ਮਿਨੀਮਮ ਰੋਜ਼ ਕਰਿਆ ਕਰ, ਪਰ ਆਪਣੇ ਰੋਜ਼ਮਰਾ ਦੇ ਜੀਵਨ ਵਿੱਚ ਆਪਣਾ ਡੇ ਬਾਈ ਡੇ ਫਿਊਚਰ ਇਸ ਤਰੀਕੇ ਨਾਲ ਪਲੈਨ ਕਰਦਾ ਜਾ ਤਾਂ ਕਿ ਨਿਤਨੇਮ ਤੋਂ ਇਲਾਵਾ ਹੋਰ ਬਾਣੀ ਪੜ੍ਹਨ ਦਾ ਸਮਾਂ ਕੱਢ ਸਕੀਏ। ਲੋਕ ਨਿਤਨੇਮ ਹੀ ਛੋੜ ਦਿੱਤਾ, ਲੋਕਾਂ ਨੇ ਅੰਮ੍ਰਿਤ ਵੇਲਾ ਹੀ ਉੱਠਣਾ ਛੋੜ ਦਿੱਤਾ, ਲੋਕਾਂ ਨੇ ਘਰ ਵਿੱਚ ਬਾਣੀ ਪੜ੍ਹਨੀ ਛੋੜ ਦਿੱਤੀ। ਕਿਉਂ? ਕਿਉਂਕਿ ਉਹਨਾਂ ਨੇ ਸੋਚ ਲਿਆ ਜੀ ਰਟਨ ਕਰਨ ਦੀ ਲੋੜ ਹੀ ਨਹੀਂ। ਇਹ ਗੱਲ ਨਹੀਂ ਹੈ। ਜੇ ਬੱਚੇ ਨਾਲ ਵੀ ਘਰ ਬੈਠਦੇ ਹਾਂ, ਜੇ ਬੱਚੇ ਨੂੰ ਘਰ ਬਿਠਾਉਣਾ ਚਾਹੁੰਦੇ ਹਾਂ, ਤਾਂ ਮੰਮੀ ਪਾਪਾ ਨੂੰ ਸ਼ਾਮੀ ਆਪ ਸੋਦਰ ਕਰਨੀ ਪਏਗੀ, ਬੱਚੇ ਨੂੰ ਨਾਲ ਬਿਠਾਉਣਾ ਪਏਗਾ। ਪਰ ਇੱਕ ਬੈਨੀਫਿਟ ਮਿਲ ਜਾਏਗਾ, ਜਦੋਂ ਸੋਦਰ ਪੂਰੀ ਕਰਕੇ ਅਰਦਾਸ ਕਰਾਂਗੇ ਲੰਗਰ ਇਕੱਠੇ ਛਕਾਂਗੇ, ਵਰਨਾ ਸਾਡੇ ਘਰਾਂ ਵਿੱਚ ਟਾਈਮਿੰਗ ਕੋਈ ਨਹੀਂ ਹੈ ਲੰਗਰ ਇਕੱਠੇ ਖਾਣ ਦੀ। ਕੋਈ ਕਿਸ ਵੇਲੇ ਖਾ ਰਿਹਾ, ਕੋਈ ਕਿਸ ਵੇਲੇ ਖਾ ਰਿਹਾ, ਲਾਈਕ ਸਰਾਂ, ਲਾਈਕ ਇਨ, ਲਾਈਕ ਹੋਟਲ, ਘਰ ਘਰ ਨਹੀਂ ਨੇ ਸਾਡੇ। ਜੇ ਘਰਾਂ ਦੇ ਵਿੱਚ ਸੋਦਰ ਕਰਨੀ ਸ਼ੁਰੂ ਕਰ ਦਿੱਤੀ, ਮਾਤਾ ਪਿਤਾ ਅਤੇ ਬੱਚੇ ਇਕੱਠੇ ਬੈਠਿਆ ਕਰਨਗੇ, ਤਾਂ ਇੱਕ ਹੋਰ ਪਲੱਸ ਮਿਲ ਜਾਏਗਾ, ਲੰਗਰ ਇਕੱਠੇ ਖਾ ਰਹੇ ਹੋਵਾਂਗੇ, ਨਿਤਨੇਮ ਤਾਂ ਹੋ ਹੀ ਗਿਆ, ਪਰ ਲੰਗਰ ਜਦੋਂ ਇਕੱਠੇ ਖਾ ਰਹੇ ਹੋਵਾਂਗੇ ਬੱਚੇ ਨਾਲ ਟੇਬਲ 'ਤੇ ਬੈਠ ਕੇ ਡਿਸਕਸ ਵੀ ਕਰਾਂਗੇ, ਅੱਜ ਦਿਨ ਤੁਹਾਡਾ ਕੈਸਾ ਸੀ। ਬੱਚੇ ਨੂੰ ਵੀ ਯਾਦ ਪੈ ਜਾਏਗੀ, ਮੰਮੀ ਪਾਪਾ ਆਪ ਦਿਨ ਮੈਂ ਕੈਸੇ ਤੇ, ਠੀਕ ਹੋ ਨਾ। ਅੱਜ ਕੱਲ੍ਹ ਤਾਂ ਹਾਲ ਹੀ ਨਹੀਂ ਪੁੱਛਦੇ ਨਾ ਇੱਕ ਦੂਜੇ ਦਾ, ਹਾਏ ਬਾਏ, ਹਾਲ ਪੁੱਛਿਆ ਕਰਾਂਗੇ ਇੱਕ ਦੂਜੇ ਦਾ, ਸੁੱਖ ਦੁੱਖ ਪੁੱਛਿਆ ਕਰਾਂਗੇ, ਕਿਉਂਕਿ ਮੰਮੀ ਪਾਪਾ ਵਿੱਚ ਵੀ ਰੱਬ ਜੀ ਰਹਿੰਦੇ ਨੇ। ਬੱਚਾ ਘਰ ਆਇਆ ਕਰੇਗਾ, ਫਿਰ ਅਸੀਂ ਉਹਦੇ ਨਾਲ ਆਸਤਾ ਆਸਤਾ ਟੇਬਲ 'ਤੇ ਰੱਬ ਜੀ ਦੀਆਂ, ਗੁਰਬਾਣੀ ਦੀਆਂ, ਸਿੱਖੀ ਦੀਆਂ, ਸੱਚ ਦੀਆਂ, ਐਥਿਕਸ ਦੀਆਂ, ਦਰਸ਼ਨ ਦੀਆਂ, ਗੁਰਮਤ ਦੀਆਂ ਗੱਲਾਂ ਕਰੀ ਜਾਵਾਂਗੇ, ਬੱਚੇ ਦਾ ਜੀਵਨ ਬਣ ਸਕਦਾ। ਪਰ ਸਾਡੇ ਘਰਾਂ ਵਿੱਚ ਇਹ ਸਾਰਾ ਕੁਝ ਟੁੱਟ ਗਿਆ। ਸਾਨੂੰ ਚਾਹੀਦਾ ਅਸੀਂ ਅੰਮ੍ਰਿਤ ਵੇਲੇ ਉੱਠਿਆ ਕਰੀਏ, ਕਿਉਂਕਿ ਅੰਮ੍ਰਿਤ ਵੇਲੇ ਜਦੋਂ ਉੱਠਾਂਗੇ ਤਾਂ ਰਾਤੀਂ 12-1-2 ਵਜੇ ਤੱਕ ਪਾਰਟੀਆਂ ਅਤੇ ਸ਼ਰਾਬਾਂ ਪੀ ਕੇ ਲੇਟ ਨਹੀਂ ਹੋਵਾਂਗੇ। ਡੈਫੀਨੇਟਲੀ ਵੀ ਵਿਲ ਕਮ ਹੋਮ ਐਂਡ ਗੈਟ ਅਪ ਅਰਲੀ ਇਨ ਦਾ ਮੋਰਨਿੰਗ। ਪਰ ਜਿਹੜਾ 1-2 ਵਜੇ ਸੋਏਗਾ ਉਹ ਤਾਂ ਅਰਲੀ ਉੱਠ ਨਹੀਂ ਸਕਦਾ। ਫਾਇਦਾ ਹੀ ਹੈ,
ਸਿਹਤ ਵੀ ਚੰਗੀ ਰਹੇਗੀ, ਸੈਰ ਵੀ ਕਰ ਸਕੇਗਾ, ਸਿਹਤ ਵੀ ਠੀਕ ਕਰ ਸਕੇਗਾ, ਬਾਣੀ ਵੀ ਪੜ੍ਹ ਸਕੇਗਾ, ਆਪਣੇ ਵਾਸਤੇ ਟਾਈਮ ਕੱਢ ਸਕੇਗਾ, ਆਪਣੀ ਸਿਹਤ ਵਾਸਤੇ, ਆਪਣੇ ਪਰਿਵਾਰ ਵਾਸਤੇ, ਔਰ ਬਾਕੀ ਦੁਨੀਆ ਨਾਲੋਂ ਪਲੱਸ ਰਹੇਗਾ ਉਹਦਾ ਜੀਵਨ। ਖੈਰ, ਅੱਜ ਦੇ ਸ਼ਬਦ ਨੂੰ ਜੇਕਰ ਅਸੀਂ ਓਪਰੀ ਨਜ਼ਰ ਨਾਲ ਪੜ੍ਹੀਏ ਤਾਂ ਇੰਜ ਲੱਗਦਾ ਕਿ ਕਹਿ ਰਹੇ ਨੇ ਮੇਰਾ ਸੁੰਦਰ ਰੱਬ ਕਿੱਥੇ ਮਿਲਦਾ, ਹਰ ਕੇ ਸੰਤ, ਕੋਈ ਰੱਬ ਦੇ ਸੰਤ ਜੀ, ਕੋਈ ਦੁਨੀਆ ਦੇ ਲੋਕੋ ਮੈਨੂੰ ਉਹ ਰਸਤਾ ਦੱਸੋ, ਹਰ ਕੇ ਸੰਤ ਬਤਾਵੋ ਮਾਰਗ, ਹਮ ਪਿੱਛੇ ਲਾਗ ਚਲੀ। ਤਾਂ ਇਹਦੇ ਨਾਲ ਲੋਕ ਸਮਝ ਲੈਂਦੇ ਨੇ ਕਿਸੇ ਸਰੀਰਕ, ਕਿਸੇ ਫਿਜ਼ੀਕਲ ਬਾਡੀ ਵਾਲੇ ਗੁਰੂ ਜੀ ਪਿੱਛੇ ਚੱਲਣਾ ਹੈ, ਕਿਸੇ ਸਰੀਰਕ ਫਿਜ਼ੀਕਲ ਬਾਡੀ ਵਾਲੇ ਸੰਤ ਜੀ, ਸੋ ਕਾਲਡ ਬ੍ਰਹਮ ਗਿਆਨੀ ਜੀ ਪਿੱਛੇ ਚੱਲਣਾ, ਕਿਉਂਕਿ ਲੋਕ ਬਾਣੀ 'ਚ ਆਇਆ ਹਰ ਕੇ ਸੰਤ ਬਤਾਵੋ ਮਾਰਗ ਹਮ ਪਿੱਛੇ ਲਾਗ ਚਲੀ। ਸਭ ਤੋਂ ਵੱਡੀ ਗੱਲ ਸਮਝਣ ਵਾਲੀ ਹੈ ਕਿ ਗੁਰਬਾਣੀ ਕੰਟਰਾਡਿਕਟਿਡ ਨਹੀਂ ਹੈ, ਸਾਰੀ ਯੂਨੀਕ, ਇੱਕ ਰਸ, ਇੱਕ ਖਰੇ ਸੱਚ ਨਾਲ ਪਰੋਤੀ ਹੋਈ ਹੈ। ਯੂਨੀਵਰਸਲ ਟਰੁੱਥ ਹੈ ਨਾ, ਸੱਤ ਗੁਰ ਹੈ, ਖਰਾ ਸੱਚ ਹੈ, ਸ਼ੁਰੂ ਤੋਂ ਲੈ ਕੇ A to Z, ਪਹਿਲੇ ਪੰਨੇ ਤੋਂ ਲੈ ਕੇ 1430 ਪੰਨੇ ਤੱਕ ਖਰਾ ਸੱਚ ਹੈ, ਕੰਟਰਾਡਿਕਟਿਡ ਕਿੱਥੇ ਨਹੀਂ ਹੈ। ਸਾਨੂੰ ਮਿਹਨਤ ਕਰਨੀ ਪਏਗੀ ਕਿ ਅਸੀਂ ਉਹਦੇ ਅਰਥਾਂ ਵੇਲੇ ਕਨਫਿਊਜ਼ ਨਾ ਹੋਈਏ। ਜੇ ਬਾਣੀ ਕਹਿੰਦੀ ਹੈ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ, ਕਰ ਸੁਕ੍ਰਿਤ ਕਰਮ ਦ੍ਰਿੜਾਇਆ। ਇਹ ਜਿਹੜੀ ਸਾਰੀ ਗੱਲ ਬਾਣੀ ਕਰਦੀ ਹੈ, ਜੇ ਬਾਣੀ ਕਹਿ ਰਹੀ ਹੈ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਤਾਂ ਪੱਥਰ 'ਤੇ ਲੀਕ ਹੋ ਗਈ, ਇਹ ਯਾਰਡ ਸਟਿਕ ਹੋ ਗਈ, ਕਿ ਸਤਿਗੁਰ ਮੀਨਸ ਕੋਈ ਮਨੁੱਖ, ਕੋਈ ਸਰੀਰ ਨਹੀਂ ਹੁੰਦਾ। ਕਿਵੇਂ? ਅਗੇਨ ਬਾਣੀ ਹੀ ਜਵਾਬ ਦੇਗੀ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ, ਤੇਰਾ ਕਵਣ ਗੁਰੂ ਕਿਸ ਕਾ ਤੂੰ ਚੇਲਾ? ਗੁਰੂ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ, ਮੇਰਾ ਸ਼ਬਦ ਗੁਰੂ, ਸੁਰਤ ਧੁਨ ਚੇਲਾ, ਇਹਦਾ ਮਤਲਬ ਸ਼ਬਦ ਗੁਰੂ ਗੁਰੂ ਹੁੰਦਾ ਹੈ। ਵਿਜ਼ਡਮ, ਵਿਜ਼ਡਮ ਮੀਨਸ ਡਿਵਾਈਨ ਵਿਜ਼ਡਮ, ਜਿਸ ਨੂੰ ਵਿਵੇਕ ਬੁੱਧੀ ਕਹਿੰਦੇ ਨੇ, ਸਤਿਗੁਰ ਸ਼ਬਦ ਹੁੰਦਾ ਹੈ। ਤਾਂ ਕਰਕੇ ਗੁਰਬਾਣੀ ਦੇ ਰਾਹੀਂ ਦੁਨੀਆ ਨੂੰ ਮੈਸੇਜ ਦਿੱਤਾ ਗਿਆ, ਮਿਡਲ ਮੈਨ ਆਫ, ਨੋ ਕਲਰਜੀ ਰਿਕੁਆਇਰਡ। ਮਨੁੱਖ ਅਤੇ ਰੱਬ ਦੇ ਵਿਚਕਾਰ ਸਿਰਫ ਕੀ ਰੱਖ ਦਿੱਤਾ? ਕਬੀਰ, ਜਾਂ ਗਿਆਨ ਤਾਂ ਧਰਮ ਹੈ। ਸਤਿਗੁਰ ਤੋਂ ਨੌਲੇਜ ਲੈਣਾ